ਸਤਿ ਸ੍ਰੀ ਅਕਾਲ ਜੀ। ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ ਤੇ ਸ਼ੁਰੂਆਤ ਵਿੱਚ ਇੱਕ ਨਜ਼ਰ ਮਾਰ ਲੈਂਦੇ ਹਾਂ ਖਾਸ ਖਬਰਾਂ ਤੇ। ਪੰਜਾਬ ਤੇ ਫਿਰ ਮੰਡਰਾ ਰਿਹਾ ਹੜ੍ਹਾਂ ਦਾ ਖਤਰਾ। ਹਿਮਾਚਲ ਪ੍ਰਦੇਸ਼ ਦੇ ਉੱਪਰਲੇ ਇਲਾਕਿਆਂ ਵਿੱਚ ਹੋ ਰਹੀ ਭਾਰੀ ਬਾਰਿਸ਼ ਦੇ ਕਰਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਡੈਮਾਂ ਵਿੱਚ ਪਾਣੀ ਦਾ ਪੱਧਰ ਵਧਿਆ। ਪੰਜਾਬ ਸਰਕਾਰ ਵੱਲੋਂ ਫਲੱਡ ਕੰਟਰੋਲ ਰੂਮ ਸਥਾਪਿਤ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਦੀ ਅਹਿਮ ਬੈਠਕ ਮੁਕੰਮਲ। ਅਕਾਲੀ ਦਲ ਨੇ ਅੰਤਰ ਰਾਜੀ ਦਰਿਆਈ ਪਾਣੀ ਵਿਵਾਦ ਬਿੱਲ 2019 ਨੂੰ ਦੱਸਿਆ ਪੰਜਾਬ ਦੇ ਹਿੱਤਾਂ ਦੇ ਖਿਲਾਫ਼। ਅਨੰਦਪੁਰ ਸਾਹਿਬ ਵਿੱਚ ਬੱਸ ਹਾਦਸੇ ਦਾ ਸ਼ਿਕਾਰ। ਬੱਸ ਡੂੰਘੀ ਖੱਡ ਵਿੱਚ ਡਿੱਗਣ ਦੇ ਨਾਲ ਦੋ ਲੋਕਾਂ ਦੀ ਮੌਤ, ਕਈ ਜ਼ਖਮੀ। ਪੰਜਾਬ ਤੇ ਫਿਰ ਹੜ੍ਹਾਂ ਦਾ ਖਤਰਾ ਮੰਡਰਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਉੱਪਰਲੇ ਇਲਾਕਿਆਂ ਵਿੱਚ ਹੋ ਰਹੀ ਭਾਰੀ ਬਾਰਿਸ਼ ਦੇ ਕਰਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਡੈਮਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸ ਕਰਕੇ BBMB ਦੀ ਤਕਨੀਕੀ ਕਮੇਟੀ ਦੀ ਸ਼ਨੀਵਾਰ ਨੂੰ ਹੋਈ ਬੈਠਕ ਵਿੱਚ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਰੋਜ਼ਾਨਾ ਭਾਖੜਾ ਡੈਮ ਤੋਂ 32,000 ਕਿਊਸਿਕ ਅਤੇ ਪੌਂਗ ਡੈਮ ਵਿੱਚੋਂ 10,000 ਕਿਊਸਿਕ ਪਾਣੀ ਛੱਡੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਸ਼ਨੀਵਾਰ 4 ਵਜੇ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1,656.10 ਫੁੱਟ ਦਰਜ ਕੀਤਾ ਗਿਆ, ਜਦਕਿ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੀ ਆਮਦ 50,671 ਫੁੱਟ ਦਰਜ ਕੀਤੀ ਗਈ। ਡੈਮ ਦੇ ਪਾਣੀ ਦਾ ਇਹ ਪੱਧਰ ਪਿਛਲੇ ਸਾਲ ਦੀ ਤੁਲਨਾ ਵਿੱਚ 86 ਫੁੱਟ ਵੱਧ ਸੀ, ਜਦਕਿ ਡੈਮ ਦੀ ਕੁੱਲ ਸਮਰੱਥਾ 1,680 ਫੁੱਟ ਤੱਕ ਹੈ। ਇਸੇ ਤਰ੍ਹਾਂ ਜੇਕਰ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਸ਼ਾਮ 4 ਵਜੇ 1,343.42 ਫੁੱਟ ਹੋ ਚੁੱਕਾ ਹੈ, ਜਦਕਿ ਪਾਣੀ ਦੀ ਆਮਦ 26,360 ਦਰਜ ਕੀਤੀ ਗਈ। ਪੌਂਗ ਡੈਮ ਦੀ ਪਾਣੀ ਦੀ ਕੁੱਲ ਸਮਰੱਥਾ 1,390 ਫੁੱਟ ਤੱਕ ਹੀ ਹੈ। ਤਕਨੀਕੀ ਕਮੇਟੀ ਵੱਲੋਂ ਪਾਣੀ ਸਬੰਧੀ ਦੁਬਾਰਾ 14 ਅਗਸਤ ਨੂੰ ਬੈਠਕ ਕਰਕੇ ਸਮੀਖਿਆ ਕੀਤੀ ਜਾਵੇਗੀ। ਦੂਸਰੇ ਪਾਸੇ ਸਿਵਲ ਪ੍ਰਸ਼ਾਸਨ ਵੱਲੋਂ ਵੀ ਹੜ੍ਹਾਂ ਦੇ ਮਾਮਲੇ ਵਿੱਚ ਪੂਰੀ ਮੁਸਤੈਦੀ ਵਰਤਦਿਆਂ ਫਲੱਡ ਕੰਟਰੋਲ ਰੂਮ ਸਥਾਪਿਤ ਕਰ ਦਿੱਤੇ ਗਏ ਨੇ। ADC ਜਗਵਿੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਲੋੜ ਪੈਣ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਕੇ ਜਾਣ, ਖਾਣਾ, ਪਸ਼ੂ ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਦੇ ਪ੍ਰਬੰਧ ਮੁਕੰਮਲ ਨੇ। ਉਹਨੇ ਵੀ ਕਿਹਾ ਕਿ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਅਤੇ ਸਮੁੱਚਾ ਅਮਲਾ 24 ਘੰਟੇ ਮੌਜੂਦ ਹੈ। ਲੋੜ ਪੈਣ ਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪ੍ਰਬੰਧ ਕੀਤੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਤਰਰਾਜੀ ਦਰਿਆਈ ਪਾਣੀ ਵਿਵਾਦ ਬਿੱਲ 2019 ਬਾਰੇ ਚਰਚਾ ਕਰਨ ਦੇ ਲਈ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਕੋਰ ਕਮੇਟੀ ਨੇ ਸਰਵਸੰਮਤੀ ਨਾਲ ਫੈਸਲਾ ਕੀਤਾ ਕਿ ਇਹ ਬਿੱਲ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਖਿਲਾਫ਼ ਹੈ। ਅਕਾਲੀ ਦਲ ਦੀ ਕੋਰ ਕਮੇਟੀ ਨੇ ਫੈਸਲਾ ਕੀਤਾ ਕਿ ਪਾਰਟੀ ਨੇ ਹਮੇਸ਼ਾ ਹੀ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਡਟ ਕੇ ਪਹਿਰਾ ਦਿੱਤਾ ਹੈ ਅਤੇ ਇਹ ਹਰ ਹੀਲੇ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨਾ ਜਾਰੀ ਰੱਖੇਗੀ। ਕੋਰ ਕਮੇਟੀ ਨੇ ਫੈਸਲਾ ਕੀਤਾ ਕਿ ਪਾਰਟੀ ਦੇ ਵਫ਼ਦ ਵੱਲੋਂ ਅੱਜ ਮਾਣਯੋਗ ਪ੍ਰਧਾਨ ਮੰਤਰੀ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਨੂੰ ਮਿਲ ਕੇ ਸਥਿਤੀ ਦੀ ਗੰਭੀਰਤਾ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਇਸ ਬਿੱਲ ਨੂੰ ਮੌਜੂਦਾ ਰੂਪ ਵਿੱਚ ਰਾਜ ਸਭਾ ਵਿੱਚ ਪਾਸ ਨਾ ਕੀਤਾ ਜਾਵੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਅੱਜ ਰਾਤ ਦੇ ਭੋਜਨ ਦਾ ਸੱਦਾ ਦਿੱਤਾ ਗਿਆ ਜੋ ਕਿ ਪੰਜਾਬ ਭਵਨ ਵਿਖੇ ਕਰਵਾਇਆ ਜਾਵੇਗਾ। ਇਸ ਦੌਰਾਨ ਕੈਪਟਨ ਵੱਲੋਂ ਵਿਧਾਇਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। ਦੱਸ ਦਈਏ ਕਿ ਕੈਪਟਨ ਨੂੰ ਵਿਧਾਇਕਾਂ ਵੱਲੋਂ ਉਨ੍ਹਾਂ ਦੇ ਹਲਕਿਆਂ ਵਿੱਚ ਵਿਕਾਸ ਕਾਰਜ ਨਾ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ, ਜਿਸ ਤੋਂ ਬਾਅਦ ਕੈਪਟਨ ਨੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਡਿਨਰ ਤੇ ਬੁਲਾਇਆ ਏ ਜਿੱਥੇ ਕੈਪਟਨ ਵਿਧਾਇਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦਾ ਹੱਲ ਕੱਢਣਗੇ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਲੈ ਕੇ ਸਮੇਂ ਸਮੇਂ ਤੇ ਪੰਜਾਬੀ ਮੰਗ ਕਰਦੇ ਰਹੇ ਨੇ ਕਿ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਹੈ ਅਤੇ ਇਹ ਹਰ ਹਿੱਲੇ ਪੰਜਾਬ ਨੂੰ ਹੀ ਮਿਲਣਾ ਚਾਹੀਦਾ ਹੈ। ਪਰ ਹੁਣ ਪੰਜਾਬ ਦੀ ਸਿਆਸੀ ਧਿਰ ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਨੇ ਚੰਡੀਗੜ੍ਹ ਨੂੰ ਲੈ ਕੇ ਵਿਵਾਦਤ ਬਿਆਨ ਦੇ ਦਿੱਤਾ ਏ ਜੋ ਨਾ ਸਿਰਫ਼ ਆਮ ਆਦਮੀ ਪਾਰਟੀ ਸਗੋਂ ਖੁਦ ਅਮਨ ਅਰੋੜਾ ਦੀ ਸਿਆਸਤ ਤੇ ਵੀ ਭਾਰੂ ਪੈ ਸਕਦਾ ਏ। ਦਰਅਸਲ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਵਾਲੇ ਚੰਡੀਗੜ੍ਹ ਨੂੰ ਕਿੱਥੋਂ ਸਾਂਭ ਲੈਣਗੇ, ਇਨ੍ਹਾਂ ਤੋਂ ਤਾਂ ਪੰਜਾਬ ਨਹੀਂ ਸਾਂਭਿਆ ਜਾ ਰਿਹਾ। ਉਨ੍ਹਾਂ ਦਾ ਇਹ ਬਿਆਨ ਅਜਿਹੇ ਮੌਕੇ ਆਇਆ ਏ ਜਦੋਂ ਦੂਜੀਆਂ ਪਾਰਟੀਆਂ ਚੰਡੀਗੜ੍ਹ ਤੇ ਪੰਜਾਬ ਦੇ ਪੂਰਨ ਹੱਕ ਦੀ ਗੱਲ ਕਹਿ ਰਹੀਆਂ ਨੇ। ਸਵਾਲ ਇਹ ਹੈ ਸੁਖਬੀਰ ਸਿੰਘ ਬਾਦਲ ਹੁਣੀ ਇਸ ਗੱਲ ਦਾ ਜਵਾਬ ਦੇਣ ਕਿ ਜਦੋਂ ਦਾ ਪੰਜਾਬ ਸੂਬਾ ਬਣਿਆ, ਪੰਜਾਬੀ ਸੂਬਾ ਕਰਕੇ ਜਿਹੜੀ ਡਿਵੀਜ਼ਨ ਹੈ ਉਹ ਹੋ ਚੁੱਕੀ। ਅੱਜ ਪੰਜਾਬ 2.5 ਲੱਖ ਕਰੋੜ ਦਾ ਕਰਜ਼ਈ ਹੋ ਗਿਆ ਤੇ ਜਿਹੜੇ ਨਾਲ ਦੇ ਗੁਆਂਢੀ ਨੇ ਜਾਂ ਛੋਟੇ ਸੂਬੇ ਨੇ, ਛੋਟੇ ਭਰਾ ਨੇ ਹਰਿਆਣਾ ਤੇ ਹਿਮਾਚਲ, ਉਹ ਕਿੰਨੀ ਅੱਗੇ ਨਿਕਲ ਕੇ ਡਿਵੈਲਪਮੈਂਟ ਕਰ ਗਏ ਨੇ। ਅੱਜ ਪੰਜਾਬ ਕੋਲੇ ਮਹਿਜ਼ 8,000 ਕਰੋੜ ਦੇ ਕਰੀਬ ਬਚਦਾ ਡਿਵੈਲਪਮੈਂਟ ਵਾਸਤੇ। ਚੰਡੀਗੜ੍ਹ ਨੂੰ ਸੰਭਾਲ ਲੈਣਗੇ ਪੰਜਾਬ ਵਾਲੇ, ਇਹਨਾਂ ਕੋਲੋਂ ਪੰਜਾਬ ਦਾ ਤਾਂ ਬੇੜਾ ਗਰਕ ਕਰਕੇ ਰੱਖਦਾ। ਮੰਗ ਲੈਣ ਚੰਗੀ ਗੱਲ ਹੈ, ਮਿਲ ਜੇ, ਪਰ ਸਵਾਲ ਇਹ ਹੈ ਕਿ ਜਿੰਨਾ ਪਹਿਲਾਂ ਮਿਲਿਆ ਸੀਗਾ ਪੰਜਾਬੀ ਸੂਬਾ, ਕੀ ਉਹ ਸੁਖਬੀਰ ਬਾਦਲ ਹੁਣਾਂ ਨੇ, ਅਕਾਲੀ ਦਲ ਨੇ ਜਾਂ ਕਾਂਗਰਸ ਨੇ ਸੰਭਾਲ ਲਿਆ? ਅੱਜ ਮੁਲਕ ਦੀਆਂ ਸਾਰੀਆਂ ਸਟੇਟਾਂ ਦੇ ਵਿੱਚੋਂ ਜੇ ਸਭ ਤੋਂ ਵੱਧ ਤੇਜ਼ੀ ਨਾਲ ਕੋਈ ਗਿਰਾਵਟ ਵੱਲ ਜਾ ਰਿਹਾ ਤਾਂ ਉਹ ਪੰਜਾਬ ਜਾ ਰਿਹਾ। ਪਹਿਲਾਂ ਜੋ ਮਿਲਿਆ ਹੋਇਆ ਉਹਨੂੰ ਸੰਭਾਲ ਲਓ, ਬਾਕੀ ਰਾਜਾਂ ਦੇ ਉੱਪਰ ਜਾਂ ਬਾਕੀ ਸ਼ਹਿਰਾਂ ਦੇ ਉੱਪਰ ਜਿਹੜੇ ਕਲੇਮ ਨੇ ਉਹ ਬਾਅਦ ਵਿੱਚ ਕਰ ਲੈਣ।
उधर आम आदमी पार्टी के विधायक अमन अरोड़ा के इस बयान से विरोधी पार्टियां के आगुओं ने सख्त प्रतिक्रिया दी है। श्रोमणी अकाली दल बादल के बुलारे डॉक्टर चरणजीत सिंह बराड़ ने कहा है कि अरोड़ा के इस बयान के नाल आम आदमी पार्टी की असलियत सामने आ गई। उन्होंने कहा कि यह बेतुका बयान है, पंजाब वाले चंडीगढ़ को सांभ नहीं सकणगे। उन्होंने भी कहा कि पंजाब के पिंड उजाड़ के बनिया चंडीगढ़ पंजाब को मिलना चाहिए है। देखो अमन अरोड़ा जी की उन्होंने पार्टी की सोच जी है लोगों के सामने आ गई है कि वह पंजाब के पंजाब के राजधानी लैण के हक में है कि नहीं हक। एक तो यह गल लोग देखेंगे कि जे साड़ी असी आपकी राजधानी मंगते हैं जी कि पंजाब की धरती पंजाब के पिंडों उजाड़ के बनाई गई है, जो उस आम आदमी पार्टी विरोध करती है तो यह मेरा ख्याल है कि इस चीज़ को लोग जोड़ा है बड़ी बरीकी वाचणगे। दूसरी गल पंजाब चलाने वाला इस टाइम मुख्यमंत्री फेल हो सकता, सरकार फेल हो सकती है, पर ये कोई बहाना नहीं है कि चंडीगढ़ सानू लेना नहीं चाहिए ज चल नहीं सकता। ये मेरा ख्याल है कि बड़ी बेतुकी जी बयानबाजी जी अरोड़ा साहब ने की है। पंजाब के हिस्से की जमीन पर जोड़ा है वो ये चंडीगढ़ उसरिया है, तो मेरा ख्याल है जो पंजाब के कोले होएगा बेहतर ढंग राजधानी जी है चल सकेगी, बेहतर ढंग प्रबंध हो सकेंगे। आनंदपुर साहिब विच देर रात उस वेले माहौल गमगीन हो गया जदों एक बस हादसे का शिकार हो गई। बस विच सवार दो लोगों की मौत की खबर सामने आई है। ब्यास समागम विच हिस्सा लैण लई लोग पिंड काहीवाल तो लखनऊ जा रहे सन। चंगर खेत्र विच बस डूंगी खड्ड विच जा डिगी जिस दौरान दो लोग मारे गए और कई जख्मी हो गए। इन्हां विच ज्यादा गंभीर नजर आ रहे ने। जख्मियों नूं रोपड़ सिविल अस्पताल लई रैफर किया गया है। पेशेंट का पहले मैंने फोन आया कि इदा इदा कोई बस पलट गई है, तो उसके बाद असी सारी टीम तैयार की अपनी, तो फिर एकदम जो पेशेंट जो 8:30 बजे आने शुरू होए हैं तो एकदम ही सारे मीनस 20-22 के पेशेंट गिनती आई है। दो ब्रोड डेड आए थे, एक बच्चा सीगा ब्रोड डेड तो एक थोड़े मेल सीगा, तो बाकी पेशेंट सारे ठीक है हुण, तो जिन्हां दी कुछ दी हालत थोड़ी गंभीर सी जिन्हां नूं रोपड़ रैफर कर दिता गया। पंजाब विच चिट्टे दे नशे दा कहर रुकण दा नाम नहीं लै रहा। हुण औरतां वी इस घातक नशे दा शिकार हो के दम तोड़न लगियां ने। ताज़ा मामला बठिंडा दा ए जिथे 1.5 वर्षे तों चिट्टे दा नशा कर रही एक व्योहता दी सरकारी हस्पताल विच मौत हो गई। मृतका दा नाम अमनदीप कौर दस्या जा रहा है। इस दी उम्र तकरीबन 27 साल सी। मृतका दे पति मुताबक नशे दी लत दे कारण उस दी तबीयत विगड़दी गई अते अंत उस दी मौत हो गई। उधर डाक्टरां ने पोस्टमार्टम रिपोर्ट आउण तों बाद किसे तरां दी पुष्टि दी गल कही है। फिरोजपुर दे पिंड साबूआणा विच वी नौजवान दी ड्रग ओवरडोज दे नाल मौत होने की खबर आई है। नौजवान की लाश पिंड साबूआणा विच सड़क किनारे मिली जिस तों बाद आस पास के लोग इकट्ठे हुए। गौरतलब है कि बेशक सरकार अते प्रशासन सूबे विचों नशे का लक तोड़न के लख दावे करते हैं, पर आए दिन हो रही इन्हों मौतों ने इन दावे की पोल खोली है। दिल्ली विच हरजीत सिंह ओबराई वालों डायरैक्ट की सिख फिल्म बेनेडिक्शन का रैड कारपेट प्रीमियर अकाल पुरख की फौज वालों दिल्ली हाट जनकपुरी विखे किया गया। इस प्रीमियर विच कैप्सूल सिंह अते सुपर सिंह वजो जाने जाते जसवंत सिंह मुख मेहमान वजो शामिल हुए। सिख लैंस प्रोडक्शनज अते रैड कनाल्स फिल्मस वालों जसमीत सिंह कोहली गुरप्रीत कौर प्रिंसीपल सिंह दतारके के सहयोग के नाल यह फिल्म प्रोड्यूस की गई है। आए पतवंतिया ने सिखी ते आधारित इस फिल्म की तारीफ करदिया कहा कि वक् वक् अदाकारा ने अपने हुनर का प्रदर्शन बाखूबी किया है। इस मौके दिल्ली कमेटी मैंबर ओंकार सिंह राजा अते फिल्म दे अदाकार मनमीत सिंह ने भी शिरकत की। दस दिए कि चढ़दी कला टाइम टीवी इस फिल्म दा मीडिया पार्टनर है। जो मूवी है बेनेडिक्ट मूवी जिहड़ी जी हरजीत जिन्हां ने डायरेक्टर हरजीत सिंह ओबराई जी ने बड़ी अच्छी मूवी बनाई है और मूवी नाल शिक्षा मिलती है कि सानू गुरु घर नाल जुड़ के रहना चाहिए। तो वाहेगुरु इन्हों सारा इन्हों हरजीत ओबराई ने उन्होंने पूरी टीम चढ़ी गले रखे और इस तरह मूविया बनाते रहने। एक्सपीरियंस बहुत ज़्यादा एक्सपेक्टेशन नालों ज़्यादा सी। अज जी है नींह रखी गई है एक सिख मीडिया एक उभरता हुआ सिख मीडिया जो अज मैं देखिया सब दी अखां विच जिस जोश नाल जिस एनर्जी दे नाल है ऑडियंस अपने घरों निकल के बारिश विच इत्थे पहुंची है एंड उन्होंने सपोर्ट की इस मूवी नूं वो काबिले तारीफ हैगी है। सो जिहड़ी फीलिंग हैगी है बहुत ही मज़ेदार हैगी है
ਸਕੂਨ ਵਾਲੀ ਕੰਟੈਂਟਮੈਂਟ ਵਾਲੀ ਹੈਗੀ ਹੈ ਐਂਡ ਵਾਹਿਗੁਰੂ ਜੀ ਦਾ ਸ਼ੁਕਰ ਹੈਗਾ ਕਿ ਅਸੀਂ ਜੋ ਕਰਨਾ ਚਾਹ ਰਹੇ ਹਾਂ ਅਸੀਂ ਉਸ ਵੱਲ ਇੱਕ ਕਦਮ ਹੋਰ ਅੱਗੇ ਵਧੇ ਹਾਂ। ਦੇਖੋ ਜੀ, ਮੈਂ ਇਹ ਦੇਖ ਰਿਹਾ ਸੀਗਾ ਕਿ ਜਿੰਨੇ ਵੀ ਆਡੀਅੰਸ ਸੀਗੇ ਉਹਨਾਂ ਸਾਰਿਆਂ ਦੀ ਅੱਖਾਂ ਇਕਦਮ ਫੋਕਸਡ ਹੋਈਆਂ ਪਈਆਂ ਸੀਗੀਆਂ, ਮਤਲਬ ਉਦੋਂ ਤੋਂ ਪਤਾ ਲੱਗਦਾ ਵਾ ਕਿ ਪਿਕਚਰ ਦੇ ਵਿੱਚ ਕਿੰਨੀ ਜਾਨ ਆ, ਪਿਕਚਰ 'ਚ ਕਿੰਨੀ ਡੈਪਥ ਆ ਔਰ ਪਿਕਚਰ ਸਾਨੂੰ ਕੀ ਦੱਸ ਰਹੀ ਆ। ਉਹ ਥੋਟ ਜਿਹੜਾ ਸੀਗਾ ਉਹ ਇੰਨਾ ਵੱਡਾ ਵਾ ਕਿ ਉਹਨੂੰ ਪੂਰਾ ਕਰਨ ਵਾਸਤੇ ਸਾਨੂੰ ਸਕਾਟਰ ਕੁਆਟਰ ਇੱਕ ਮਹੀਨਾ ਸੋਚਣਾ ਪਏਗਾ ਅਸੀਂ ਲਾਈਫ 'ਚ ਕੀਤਾ ਕੀ ਆ, ਗਾਂ ਕੀ ਕਰਨਾ। ਬਹੁਤ ਹੀ ਨਿਹਾਇਤ ਥੋਟ ਔਰ ਬਹੁਤ ਹੀ ਵੈਲ ਪ੍ਰਜੈਂਟਡ ਕੀਤਾ ਉਹਨਾਂ ਨੇ, ਬਹੁਤ ਅੱਛਾ ਲੱਗਾ ਐਂਡ ਆਈ ਐਮ ਸ਼ਿਓਰ ਇਹ ਪਿਕਚਰ ਸਕਰੀਨ ਦੇ ਉੱਤੇ ਹਿੱਟ ਹੋਏਗੀ। ਥੈਂਕਸ ਬੋਲਦਾ ਹਰਜੀਤ ਸਿੰਘ ਓਬਰਾਏ ਨੂੰ ਜਿਨ੍ਹਾਂ ਨੇ ਮੈਨੂੰ ਇਹ ਫਿਲਮ ਦਿੱਤੀ ਔਰ ਲੋਕਾਂ ਦਾ ਹੋਰ ਪਿਆਰ ਮਿਲਿਆ। ਦਿਸ ਇਜ਼ ਦੀ ਬੈਸਟ ਰੋਲ ਆਫ ਮਾਈ ਲਾਈਫ। ਇਟਲੀ ਦੇ ਸ਼ਹਿਰ ਫੋਰਲੀ ਵਿਖੇ ਵਿਸ਼ਵ ਦੀ ਦੂਸਰੀ ਜੰਗ ਦੇ ਭਾਰਤੀ ਸਿੱਖ ਸ਼ਹੀਦਾਂ ਦੀ ਯਾਦਗਾਰ ਸਮਾਧਾਂ 'ਤੇ ਵਰਲਡ ਸਿੱਖ ਸ਼ਹੀਦ ਯਾਦਗਾਰੀ ਕਮੇਟੀ ਇਟਲੀ ਵੱਲੋਂ ਸਾਲਾਨਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੌਰਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਸਿੱਖ ਸੰਗਤਾਂ ਅਤੇ ਇਟਾਲੀਅਨ ਆਰਮੀ ਦੇ ਰਿਟਾਇਰ ਅਫਸਰਾਂ ਨੇ ਨਤਮਸਤਕ ਹੋ ਕੇ ਸਿੱਖ ਯਾਦਗਾਰ ਸਮਾਧਾਂ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਇੰਡੀਆ ਤੋਂ ਵਿਸ਼ੇਸ਼ ਤੌਰ 'ਤੇ ਪ੍ਰਸਿੱਧ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਇਟਲੀ ਦੇ ਪ੍ਰਸਿੱਧ ਕਥਾਵਾਚਕ ਭਾਈ ਸੁਰਜੀਤ ਸਿੰਘ ਖੰਡੇਵਾਲ ਨੇ ਸਿੱਖਾਂ ਦੀਆਂ ਕੁਰਬਾਨੀਆਂ ਦੇ ਵਿਸ਼ੇ 'ਤੇ 71 ਸੰਗਤਾਂ ਨੂੰ ਇਤਿਹਾਸ ਦੱਸਿਆ। ਇਸ ਮੌਕੇ ਇਟਲੀ ਭਰ ਤੋਂ ਭਾਰਤੀ ਪੰਜਾਬੀ ਅਤੇ ਭਾਰਤੀ ਰਾਜਨੀਤਿਕ ਪਾਰਟੀਆਂ ਦੇ ਲੀਡਰ ਅਤੇ ਵਰਕਰਾਂ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ, ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਐਨ ਆਈ ਵਿੰਗ ਇਟਲੀ ਦੇ ਪ੍ਰਧਾਨ ਜਗਵੰਤ ਸਿੰਘ ਲਹਿਰਾ, ਸਕੱਤਰ ਜਨਰਲ ਲਖਵਿੰਦਰ ਸਿੰਘ ਡੋਗਰਾਵਾਲ, ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਭੂੰਗਰਨੀ, ਜਨਰਲ ਸਕੱਤਰ ਜਗਜੀਤ ਸਿੰਘ ਈਸ ਰੇਹਲ, ਜਨਰਲ ਸਕੱਤਰ ਹਰਦੀਪ ਸਿੰਘ ਬੋਦਲ ਆਦਿ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਇਸ ਦੌਰਾਨ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੰਗਰ ਅਤੇ ਫਰੂਟ ਦੇ ਸਟਾਲ ਵੀ ਲਗਾਏ ਗਏ। ਬੀਬੀਆਂ ਇੱਥੇ ਆਈਆਂ, ਉਹਨਾਂ ਨੇ ਮੱਥਾ ਟੇਕਿਆ ਗੁਰੂ ਦੇ ਚਰਨਾਂ 'ਚ, ਉਹਨਾਂ ਦੇ ਨਾਲ ਬੱਚੇ। ਫੁਰਲੀ ਦੇ ਵਿੱਚ ਸਿੱਖ ਸ਼ਹੀਦਾਂ ਦੀ ਯਾਦ ਦੇ ਵਿੱਚ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਲਾਨਾ ਸਮਾਗਮ ਕੀਤਾ ਜਾ ਰਿਹਾ। ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਆਪਣੇ ਇਹਨਾਂ ਸ਼ਹੀਦਾਂ ਦੀ ਇਸ ਜਗ੍ਹਾ 'ਤੇ ਆ ਕੇ, ਜਿਨ੍ਹਾਂ ਨੇ ਯੂਰਪ ਨੂੰ ਯਾਦ ਕਰਾਉਣ ਵਾਸਤੇ ਹਿਟਲਰ ਦੀਆਂ ਫੌਜਾਂ ਨਾਲ ਲੜਦਿਆਂ ਹੋਇਆਂ ਇੱਥੇ ਸ਼ਹਾਦਤਾਂ ਦਾ ਜਾਮ ਪੀਤਾ। ਅਸੀਂ ਉਹਨਾਂ ਦੇ ਵਾਰਸ ਹਾਂ ਔਰ ਇਟਾਲੀਅਨ ਲੋਕ ਜਿਹੜੇ ਆ ਅੱਜ ਉਹਨਾਂ ਦੀ ਕੁਰਬਾਨੀ ਨੂੰ ਸਿੰਜਦਾ ਕਰ ਰਹੇ ਆ, ਅਤੇ ਜਿੱਥੇ ਸਾਡੀਆਂ ਸਿੱਖ ਸੰਗਤਾਂ ਇੱਥੇ ਮਾਣ ਮਹਿਸੂਸ ਕਰ ਰਹੀਆਂ, ਉੱਥੇ ਇਟਾਲੀਅਨ ਲੋਕ ਵੀ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਆ, ਅਤੇ ਉਹ ਸਿੱਖ ਸੰਗਤਾਂ ਦੇ ਨਾਲ ਉਹਨਾਂ ਦਾ ਜਿਹੜਾ ਵਰਤਾਓ ਆ ਬੜਾ ਸਨੇਹ ਭਰਿਆ ਹੁੰਦਾ ਕਿ ਇਹਨਾਂ ਦੇ ਬਜ਼ੁਰਗਾਂ ਨੇ ਸਾਡੀ ਆਜ਼ਾਦੀ ਦੇ ਵਾਸਤੇ ਇੱਥੇ ਸ਼ਹਾਦਤਾਂ ਦਾ ਜਾਮ ਕੀਤਾ। ਸੋ ਸਾਨੂੰ ਆਪਣੇ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲਦਿਆਂ ਹੋਇਆਂ ਸਾਨੂੰ ਜਿਹੜਾ ਗੁਰੂ ਦੀ ਗੁਰਸਿੱਖੀ ਨੂੰ ਕਮਾਉਣਾ ਚਾਹੀਦਾ, ਗੁਰਬਾਣੀ ਨਾਲ ਗੁਰਮਤ ਨਾਲ ਜੁੜਨਾ ਚਾਹੀਦਾ ਔਰ ਇੱਥੇ ਜਿਹੜੇ ਵੱਸਦੇ ਸਿੱਖ ਆ, ਜਿੱਥੇ ਇਹਨਾਂ ਨੇ ਵਿਦੇਸ਼ਾਂ ਜਾ ਕੇ ਆਪਣੇ ਕਾਰੋਬਾਰ ਸਥਾਪਿਤ ਕੀਤੇ, ਘਰ ਬਾਰ ਸਥਾਪਿਤ ਕੀਤੇ, ਗੁਰੂ ਘਰ ਸਥਾਪਿਤ ਕੀਤੇ ਆ, ਉੱਥੇ ਸ਼ਹੀਦਾਂ ਦੀਆਂ ਯਾਦਗਾਰਾਂ ਵੀ ਬਣਾਈਆਂ ਨੇ ਆਪਣੇ ਸ਼ਹੀਦਾਂ ਦੀਆਂ। ਇਸ ਕਰਕੇ ਵੀ ਇਹ ਸਾਰੇ ਵਧਾਈ ਦੇ ਪਾਤਰ ਆ ਅਤੇ ਅਸੀਂ ਅੱਜ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੀ ਪਿੰਡ ਇਟਲੀ ਵੱਲੋਂ ਇੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਆਏ ਹਾਂ ਅਤੇ ਸਮੁੱਚੀ ਸਾਰਿਆਂ ਦਾ ਹੀ ਅਸੀਂ ਧੰਨਵਾਦ ਕਰਦੇ ਹਾਂ ਅਤੇ ਸਪੈਸ਼ਲੀ ਚੜ੍ਹਦੀ ਕਲਾ ਟਾਈਮ ਟੀਵੀ ਦਾ ਵੀ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਸਬੰਧੀ ਗੁਰਦੁਆਰਾ ਨਾਨਕ ਚੀਰਾ ਸਾਹਿਬ ਬੀਦਰ ਕਰਨਾਟਕਾ ਤੋਂ ਆਰੰਭ ਹੋਇਆ ਵਿਸ਼ਾਲ ਨਗਰ ਕੀਰਤਨ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਅਲੀਗੜ੍ਹ ਤੋਂ ਚੱਲ ਕੇ ਆਗਰਾ ਪਹੁੰਚਿਆ, ਜਿੱਥੇ ਸਿੱਖ ਸੰਗਤ ਅਤੇ ਸਥਾਨਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀਆਂ ਨੇ ਯਾਤਰਾ ਦਾ ਭਰਪੂਰ ਸਵਾਗਤ ਕੀਤਾ। ਦੱਸ ਦਈਏ ਕਿ ਇਸ ਯਾਤਰਾ ਦੌਰਾਨ ਸੰਗਤਾਂ ਹੱਥ ਲਿਖਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਦਰਸ਼ਨ ਕਰ ਸਕਦੀਆਂ ਨੇ ਜੋ ਕਿ ਯਾਤਰਾ ਵਾਲੀ ਬੱਸ ਵਿੱਚ ਬਿਰਾਜਮਾਨ ਨੇ। ਬੜਾ ਸੁਭਾਗਾ ਸਮਾਂ ਸਾਡੇ ਸਿੱਖਾਂ ਨੂੰ ਅਤੇ ਨਾਲ ਪੂਰੇ ਭਾਰਤ ਅਤੇ ਪੂਰੇ ਵਿਸ਼ਵ ਦੇ ਵਿਭਿੰਨ ਸੰਪ੍ਰਦਾਇ ਨੂੰ ਲੱਭਿਆ। ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਬਿਦਰ ਸਾਹਿਬ ਤੋਂ ਇਤਨੀ ਵੱਡੀ ਯਾਤਰਾ ਜੋ ਪੂਰੇ ਭਾਰਤ ਵਰਸ਼ ਭ੍ਰਮਣ ਕਰ ਰਹੀ ਹੈ, ਇਸ ਯਾਤਰਾ ਦਾ ਸਵਾਗਤ ਕਰਨ ਦਾ ਉੱਤਰ ਪ੍ਰਦੇਸ਼ ਸਰਕਾਰ ਦੀ ਤਰਫੋਂ ਮਨ ਸੁਭਾਗ ਪ੍ਰਾਪਤ ਹੋਇਆ ਹੈ ਅਤੇ ਪਹਿਲੀ ਵਾਰ ਹੈ ਕਿ ਇਸ ਅਸੀਂ ਬੜੇ ਵਡਭਾਗੀ ਹਾਂ ਕਿ ਸਾਡੇ 500 ਸਾਲ ਅਸੀਂ ਵੇਖ ਰਹੇ ਹਾਂ, 600ਵਾਂ ਸਾਲ ਮਨ ਨਹੀਂ ਲੱਗਦਾ ਕਿ ਸਾਡੇ ਲੋਕਾਂ ਵਿੱਚੋਂ ਕੋਈ ਹੋਏਗਾ ਅਤੇ ਭਾਰਤ ਸਰਕਾਰ ਅਤੇ ਉੱਤਰ ਪ੍ਰਦੇਸ਼ ਸਰਕਾਰ ਦੋਨੋਂ ਬੜੀ ਸੁਚੱਜੇ ਢੰਗ ਨਾਲ ਇਸ ਯਾਤਰਾ ਨੂੰ ਮਨਾ ਰਹੇ ਨੇ। 100 ਕਰੋੜ ਰੁਪਏ ਫੰਡ ਵੀ ਰਿਲੀਜ਼ ਹੋਇਆ ਹੈ ਅਤੇ ਨਾਲੇ ਉੱਤਰ ਪ੍ਰਦੇਸ਼ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਿਤਨੇ ਵੀ ਐਸੇ ਥਾਂ ਨੇ ਜਿੱਥੇ ਉਹਨਾਂ ਦੀ ਚਰਨ ਰਜ ਪੂਰੇ ਸਟੇਟ 'ਚ ਪ੍ਰਾਪਤ ਹੋਏ, ਉਹ ਸਾਰੇ ਥਾਵਾਂ 'ਤੇ ਜੀਰਣੋਧਾਰ ਕਰਨ ਵਾਸਤੇ, ਪੁਨਰਉਧਾਰ ਕਰਨ ਵਾਸਤੇ 550 ਕਰੋੜ ਰੁਪਏ ਦਾ ਬਜਟ ਇਸ਼ੂ ਕੀਤਾ ਅਤੇ ਕਿਹਾ ਕਿ ਜਿਹੜੇ ਵੀ ਗੁਰਦੁਆਰੇ ਹੋਣਗੇ ਉਹ ਸਾਰੇ ਗੁਰਦੁਆਰੇ ਦੀ ਕਾਰਜ ਯੋਜਨਾ ਬਣਾ ਕੇ ਲਿਆਓ ਅਤੇ ਅਸੀਂ ਸਾਰਿਆਂ ਦਾ ਵਿਕਾਸ ਕਰਾਵਾਂਗੇ। ਵਾਹਿਗੁਰੂ ਦੀ ਬੜੀ ਅਪਾਰ ਕਿਰਪਾ ਹੈ, ਇਹਦਾ ਬੜਾ ਜਨ ਸਮਰਥਨ ਵਿਭਿੰਨ ਸੰਪ੍ਰਦਾਇਆਂ ਦਾ, ਵਿਭਿੰਨ ਧਰਮਾਂ ਦਾ, ਵਿਭਿੰਨ ਧਰਮ ਗੁਰੂਆਂ ਦਾ ਮਿਲ ਰਿਹਾ ਹੈ।
ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ। ਹੁਣ ਤੁਸੀਂ ਮੈਨੂੰ ਮਨਦੀਪ ਕੌਰ ਖਾਲਸਾ ਨੂੰ ਦਿਓ ਆਗਿਆ। ਧੰਨਵਾਦ ਜੀ। सब्सक्राइब करें चढ़ती कला टाइम टीवी को और लेटेस्ट अपडेट पाने के लिए प्रेस करें बेल आइकन को।